तो मैं तुहाडे कोलों अज ऐसे ऐसे सवाल करने ने, हो सकदा तुहानूं मिर्चां भी लग जाण, लेकिन मैनू उम्मीद आ कि तुसीं बहुत वड्डे दिल गुरदे मेदे मसाने दा इजहार करोगे। वैसे ना भी करोगे तो मैं कड़ा उठ के तुहानूं जफ्फी पा लैणी आ। हुण पहला सवाल सिट्टां का धौण च सिट्टां? तू मुसलसल मैनूं रेस करन दी कोशिश कर रही है, फिर तैनूं एडे एडे कीड़े पैणे। सब तो पहले ये दसो तुहाडे वजीर किद्दां दे आ? जिद्दां दे खैर ना मेरे कोल वजीर आ, ਇਦਾਂ ਦੀਆਂ ਅੱਜ ਕੱਲ ਲੰਡੇ ਵਾਲੇ ਕੋਲ ਜੁਰਾਬਾਂ ਹੁੰਦੀਆਂ ਨੇ। ਮੁਲਕ ਦਾ ਕਿੰਨਾ ਕੁ ਕਰਜ਼ਾ ਲਾ ਲਿਆ ਤੁਸੀਂ? ਲੈਣਾ ਤੇ ਪਤਾ ਨਹੀਂ ਕਦੋਂ ਆ, ਹੁਣ ਤੇ ਇਹ ਸੋਚੀਦਾ ਕਿ ਲੈਣਾ ਕਿੱਥੋਂ ਕਿੱਥੋਂ ਆ। ਤੁਹਾਡੇ ਬਾਰ ਬਾਰ ਕਹਿਣ ਦੇ ਬਾਵਜੂਦ ਮਹਿੰਗਾਈ ਕਿਉਂ ਵਧੀ? ਇਹਦਾ ਹੁਣ ਜਵਾਬ ਨਹੀਂ, ਇਹਦੇ ਹੁਣ ਹੱਥ ਜੋੜਨੇ ਬਣਦੇ ਆ। ਮੈਨੂੰ ਮਾਫੀ ਦੇ ਦਿਓ ਭਾਈ। ਮੀਆਂ ਨਵਾਜ਼ ਸ਼ਰੀਫ ਤੁਹਾਡੇ ਹੱਥੋਂ ਨਿਕਲ ਗਿਆ, ਉਹਨੂੰ ਹੁਣ ਕਿੱਦਾਂ ਵਾਪਸ ਲਿਆਓਗੇ? ਉਹ ਮੈਂ ਕਾਹਤੋਂ ਲਿਆਵਾਂ, ਮੇਰੀਆਂ ਉਹਨੇ ਪੀਣੀਆਂ ਕੁੱਟਣੀਆਂ ਨੇ। 2.5 ਸਾਲਾਂ 'ਚ ਕਿਸੇ ਕੋਲ ਇੱਕ ਰੁਪਈਆ ਤੇ ਤੁਸੀਂ ਕਢਾ ਨਹੀਂ ਸਕੇ। ਇਲੈਕਸ਼ਨ ਤੋਂ ਪਹਿਲੇ ਤੇ ਤੁਹਾਡੇ ਕੋਲ ਬੜੇ ਸਬੂਤ ਸੀ। ਉਹ ਤੇ ਐਵੇਂ ਬਲਫ ਮਾਰਿਆ ਸੀ, ਮੈਨੂੰ ਕੋਈ ਵੀ ਆ ਕੇ ਰਿਪੋਰਟ ਫੜਾਉਂਦਾ ਸੀ ਮੈਂ ਯਕੀਨ ਕਰ ਲੈਂਦਾ ਸੀ। ਆਟੇ ਤੇ ਚੀਨੀ ਤੇ ਬਹਿਰਾਨ ਦਾ ਤੁਸੀਂ ਕਿਹਾ ਸੀ ਕਿ ਮੈਂ ਮੁਜਰਮਾਂ ਨੂੰ ਸਾਹਮਣੇ ਲੈ ਕੇ ਆਵਾਂਗਾ। ਉਹ ਬੀਬੀ ਮੇਰੇ ਸਾਹਮਣੇ ਤੇ ਕੋਈ 5 ਰੁਪਈਆ ਧਾਰ ਲੈ ਲਵੇ ਉਹ ਨਹੀਂ ਆਉਂਦਾ। ਵੈਸੇ ਵੀ ਇਹਦੇ 'ਚ ਕੋਈ ਆਪਣੇ ਛੁੱਤਰ ਮੁਰਗ ਨਿਕਲ ਆਏ ਸੀ। ਤੁਸੀਂ ਇੱਕ ਅੱਛਾ ਕੰਮ ਵੀ ਕੀਤਾ ਦਰਖਤ ਲਾਉਣ ਵਾਲਾ, ਉਹਦੇ ਬਾਰੇ 'ਚ ਕੀ ਕਹੋਗੇ? ਨਾ ਜੀ ਨਾ, ਉਹ ਵੀ ਸਾਰੇ ਸਿਰਫ ਕਾਗਜ਼ਾਂ 'ਚ ਲੱਗੇ ਨੇ ਜਾਂ ਫਿਰ ਬੱਕਰੀਆਂ ਖਾ ਗਈਆਂ ਨੇ। ਅੱਛਾ, ਤੁਸੀਂ ਪੁਲਿਸ ਨੂੰ ਬੜਾ ਸੈੱਟ ਕਰ ਦਿੱਤਾ ਹੈ, ਉਹਦੇ ਬਾਰੇ 'ਚ ਕੀ ਕਹੋਗੇ? ਕਾਹਦਾ ਸੈੱਟ, ਮਸੂਮਾਂ ਨੂੰ ਮਾਰੀ ਜਾ ਰਹੇ ਨੇ, ਨਾਲੇ ਇਹਨੂੰ ਪੁਲਿਸ ਕਹਿੰਦਾ ਕੌਣ ਆ, ਇਹ ਤਾਂ ਸਾਰੀ ਪੁਲਿਸ ਆ। ਮੁਸੀਕੀ ਦੇ ਵਿੱਚ ਤੁਸੀਂ ਕਿਸ ਗੁਲੂਕਾਰ ਨੂੰ ਪਸੰਦ ਕਰਦੇ ਹੋ? ਅੱਗੇ ਤਾਂ ਮੈਨੂੰ ਇਬਰਾਰੂ ਲੱਗ ਪਸੰਦ ਸੀ, ਲੇਕਿਨ ਅੱਜ ਕੱਲ ਮੈਂ ਅਤਾਲਾ ਨੂੰ ਸੁਣ ਰਿਹਾ। ਤੁਹਾਡਾ ਫੇਵਰਟ ਰੰਗ? ਮੇਰਾ ਫੇਵਰਟ ਰੰਗ ਉਹ ਆ ਜਿਹੜਾ ਹਮੇਸ਼ਾ ਉੱਡਿਆ ਰਹਿੰਦਾ। ਅੱਛਾ, ਫਿਰਦੌਸ ਅਸ਼ਕਵਾਨ ਦੇ ਬਾਰੇ 'ਚ ਇੱਕ ਜੁਮਲਾ। ਵੱਡਾ ਸਪੀਕਰ, ਤੁਸੀਂ ਕਿਹਾ ਸੀ ਸ਼ੇਖ ਰਸ਼ੀਦ ਵਰਗਿਆਂ ਨੂੰ ਤੇ ਮੈਂ ਚਪੜਾਸੀ ਵੀ ਨਾ ਰੱਖਾਂ। ਨਹੀਂ, ਅੱਜ ਕੱਲ ਤੇ ਮੈਂ ਰੱਖ ਰਿਹਾ ਵਾ। ਅੱਛਾ, ਮੌਲਾ ਨੂੰ ਫਜ਼ਲੁਰ ਰਹਿਮਾਨ ਦੇ ਬਾਰੇ ਮੈਂ ਤੁਹਾਨੂੰ ਕੁਝ ਅਹਿਮ ਸਵਾਲ ਕਰਨਾ ਚਾਹੁੰਦੀ ਹਾਂ। ਸਿੱਧੀ ਤਰ੍ਹਾਂ ਕਹਿ ਖਾ, ਮੈਂ ਥੱਪੜ ਖਾਣੇ ਆ। ਤੁਹਾਨੂੰ ਕੀ ਕਹਿੰਦਾ ਹੈ? ਕੁਛ ਨਹੀਂ, ਬਸ ਮੈਨੂੰ ਹਲਵੇ ਵਾਂਗੂ ਪੈਂਦਾ। ਤੁਸੀਂ ਕਿਹਾ ਸੀ ਕਿ ਮੋਦੀ ਦੁਬਾਰਾ ਆ ਜਾਏ ਤੇ ਜ਼ਿਆਦਾ ਅੱਛਾ ਹੈ। ਆਹੋ ਕਿਹਾ ਸੀ। ਹੁਣ ਉਹਦੀ ਹਕੂਮਤ ਦੇ ਖਿਲਾਫ ਕਿਉਂ? ਮੈਂ ਉਹਦੀ ਹਕੂਮਤ ਦੇ ਨਹੀਂ, ਉਹ ਚਿੱਬੜ ਦੇ ਖਿਲਾਫ। ਤੁਸੀਂ ਕਸ਼ਮੀਰ ਦਾ ਮੁੱਦਾ ਅਕਵਾਮੇ ਮੁਤਹਿਦਾ ਦੇ ਅੱਗੇ ਰੱਖਿਆ, ਉਹਨਾਂ ਨੇ ਤੇ ਕੱਖ ਵੀ ਨਹੀਂ ਕਰਨਾ। ਆਹੋ ਇਹ ਤੇ ਮੈਨੂੰ ਪਤਾ, ਸਭ ਡਰਾਮਾ। ਤੁਸੀਂ ਹਰ ਖਿਤਾਬ ਦੇ ਵਿੱਚ ਉਸਮਾਨ ਬਜ਼ਦਾਰ ਦੀ ਬੜੀ ਤਾਰੀਫ ਕਰਦੇ ਹੋ। ਉਹ ਕਰਦਾ ਜੋ ਕੁਝ ਨਹੀਂ। ਤੁਹਾਨੂੰ ਪਤਾ ਹੈ ਕਿ ਅੱਜ ਪਾਕਿਸਤਾਨ ਦੇ ਵਿੱਚ ਇੱਕ ਗਰੀਬ ਆਦਮੀ ਕਿੱਦਾਂ ਗੁਜ਼ਾਰਾ ਕਰਦਾ ਹੈ? ਇਹ ਤੇ ਕੋਈ ਵਜ਼ੀਰ ਆ ਕੇ ਮੈਨੂੰ ਦੱਸੇਗਾ ਤਾਂ ਪਤਾ ਲੱਗੇਗਾ। ਅੱਛਾ, ਖੁਦਾ ਨਾ ਖਾਸਤਾ ਤੁਹਾਡੀ ਹਕੂਮਤ ਖਤਮ ਹੋ ਜਾਂਦੀ ਹੈ ਤੇ ਫਿਰ ਕੀ ਕਰੋਗੇ? ਕੋਈ ਨਹੀਂ, ਆਪਣੇ ਕੰਟੇਨਰ ਲੈ ਲੈਣੇ। ਤੁਸੀਂ ਮੁਲਕ 'ਚ ਤਬਦੀਲੀ ਦੀ ਗੱਲ ਕਰਦੇ ਸੀ, ਉਹ ਤਬਦੀਲੀ ਆਈ? ਬਿਲਕੁਲ ਆਈ ਆ, ਆ ਹਕੂਮਤ ਤਬਦੀਲ ਨਹੀਂ ਹੋ ਗਈ। ਅੱਛਾ, ਰਾਹ 'ਚ ਜਾਂਦੀਆਂ ਤੁਹਾਡੀ ਕੋਈ ਕਮੀਜ਼ ਪਾੜਦੇ ਤੇ ਕੀ ਕਰੋਗੇ? ਮੈਂ ਅੱਗੋਂ ਉਹਦੀ ਸਲਵਾਰ ਪਾੜ ਦਿਆਂਗਾ। ਅੱਛਾ, ਲੋਕੀ ਕਹਿੰਦੇ ਨੇ ਕਿ ਤੁਸੀਂ ਕਿਤਾਬੀ ਬੰਦੇ ਹੋ, ਪ੍ਰੈਕਟੀਕਲ ਨਹੀਂ, ਤੁਹਾਨੂੰ ਕੀ ਲੱਗਦਾ? ਇਹਦਾ ਮਤਲਬ ਦੁਨੀਆ 'ਚ ਸੱਚੇ ਬੰਦੇ ਮੌਜੂਦ ਆ। ਅੱਛਾ, ਤੁਹਾਡਾ 10 ਕਰੋੜ ਦਾ ਬੌਂਡ ਨਿਕਲਿਆ ਹੈ ਤੇ ਕੀ ਕਰੋਗੇ? ਬੋਨੀ ਗਾਲਾ ਥੋੜਾ ਜਿਹਾ ਵੱਡਾ ਕਰਨਾ, ਉੱਥੇ ਤੁਰਨ ਦੀ ਜਗ੍ਹਾ ਹੀ ਨਹੀਂ ਹੈਗੀ। ਤੁਹਾਡਾ ਆਈਡੀਅਲ ਕੌਣ ਆ? ਆ ਜਿਹੜਾ ਮੈਂ ਨਵਾਂ ਇਮਰਾਨ ਖਾਨ ਯਾਦ ਕੀਤਾ, ਉਹ ਮੇਰਾ ਆਈਡੀਅਲ ਆ। ਕਰਾਚੀ ਦਾ ਕੂੜਾ ਨਾ ਪਿਛਲੀਆਂ ਹਕੂਮਤਾਂ ਖਤਮ ਕਰ ਸਕੀਆਂ ਤੇ ਨਾ ਤੁਸੀਂ ਖਤਮ ਕਰ ਸਕੇ। ਤੁਸੀਂ ਇਸ ਗੱਲ ਤੇ ਕੂੜਾ ਹੀ ਪਾ ਦਿਓ। ਨੌਜਵਾਨ ਨਸਲ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹੈ, ਤੁਸੀਂ ਵੀ ਉਹਨਾਂ ਨਾਲ ਪਿਆਰ ਕਰਦੇ ਹੋ? ਬਸ ਉਹਨਾਂ ਨੂੰ ਕਰੀ ਜਾਣ ਦੇ। ਚਲੋ ਜੀ, ਮੈਂ ਹੁਣ ਕੁਝ ਮਰੀਮ ਨਵਾਜ਼ ਤੇ ਬਲਾਵਲ ਭੁੱਟੋ ਦੇ ਬਾਰੇ ਸਵਾਲ ਕਰਨਾ ਚਾਹੁੰਦੀ ਹਾਂ, ਤਿਆਰ ਹੋ ਜਾਓ। ਪੁੱਛ ਲਾ, ਮੈਂ ਕਿਹੜਾ ਸੌਂ ਗਿਆ। ਤੁਹਾਡੇ ਅੰਦਾਜ਼ੇ ਨਾਲ ਅਗਲਾ ਵਜ਼ੀਰ ਆਜ਼ਮ ਬਲਾਵਲ ਬਣੇਗਾ ਜਾਂ ਮਰੀਮ ਨਵਾਜ਼? ਕਿਉਂ, ਮੈਂ ਮਰ ਗਿਆ, ਕਾਲੀ ਜ਼ਬਾਨ ਵਾਲੀ ਹੈ। ਮਰੀਮ ਨਵਾਜ਼ ਦੇ ਜਲਸਿਆਂ 'ਚ ਤੇ ਬੜੀ ਤੇਜ਼ੀ ਆ ਗਈ ਹੈ। ਇਹੋ ਜੀਆਂ ਤੇਜ਼ੀਆਂ ਵਿਖਾ ਕੇ ਮੈਂ ਠੇਡੇ ਖਾ ਚੁੱਕਿਆ ਹਾਂ। ਤੁਸੀਂ ਇਕੱਲੇ ਸੀ, ਇਹ ਹੁਣ ਸਾਰੇ ਰਲ ਗਏ ਨੇ, ਮੈਨੂੰ ਤੇ ਇਹ ਲੱਗਦਾ ਤੁਹਾਨੂੰ ਕਿਤੇ ਸੇਟ ਹੀ ਨਾ ਦੇਣ। ਸ਼ਕਲ ਚੰਗੀ ਨਾ ਹੋਵੇ ਤੇ ਗੱਲ ਚੰਗੀ ਕਰਿਆ ਕਰ। ਜਵਾਬ ਦਿਓ ਬੀਬੀ। ਫਿਰ ਮੇਰੇ ਵੱਲੋਂ ਤੈਨੂੰ ਜਵਾਬ ਹੀ ਹੈ। ਮਰੀਮ ਦੀ ਸਪੀਚ ਤੇ ਅੱਛੀ ਹੁੰਦੀ ਹੈ। ਕਿਉਂ, ਮੇਰੀ ਤਕਰੀਰ ਤੇ ਬੱਚੇ ਸੌ ਜਾਂਦੇ? ਵੈਸੇ ਮੈਨੂੰ ਤੇ ਅਗਲੀ ਵਾਰੀ ਬਲਾਵਲ ਦਾ ਚਾਂਸ ਜ਼ਿਆਦਾ ਲੱਗਦਾ ਹੈ। ਕਾਹਦਾ ਚਾਂਸ, ਉਹ ਮੂੰਹ ਨਾਲ ਹਾਥੀ ਚੁੱਕ ਲੈਂਦਾ। ਦੱਸ, ਦਰਅਸਲ ਉਹ ਗਰੀਬਾਂ ਦੀ ਗੱਲ ਕਰਦਾ ਹੈ, ਇਸ ਲਈ। ਉਹ ਪੀਪਲ ਪਾਰਟੀ ਦਾ ਤਾਂ ਕੰਮ ਹੀ ਗਰੀਬਾਂ ਦੀ ਗੱਲ ਕਰ ਕਰਕੇ ਗਰੀਬਾਂ ਦੀ ਖਾਲ ਲਾਉਣਾ। ਨਹੀਂ ਹੋ ਸਕਦਾ ਨਾ, ਅੱਬੇ ਦੀ ਕਮਾਈ ਵੇਖ ਕੇ ਰੱਜ ਗਿਆ ਹੋਵੇ। ਲੈ, ਇੱਥੇ ਸਾਰਿਆਂ ਨੂੰ ਪਤਾ ਖੂਨ ਪੀਣ ਵਾਲੀ ਡੈਨ ਕਦੀ ਜੂਸ ਪੀਂਦੀ। ਉਹ ਬੀਬੀ ਸਵਾਲ ਕਰ, ਜੁੱਤੀਆਂ ਖਾਣ ਵਾਲੇ ਕੰਮ ਨਾ ਕਰ। ਸੌਰੀ ਭਾਈ। ਲਓ ਜੀ, ਇੰਟਰਵਿਊ ਮੁਕੰਮਲ ਹੋ ਗਿਆ। ਚਲੋ ਜੀ, ਖੈਰ ਨਾਲ ਜਾਓ, ਗਈ ਪਾਕਿਸਤਾਨੀ ਡਿੱਕਣ ਦੇ ਨੇ ਵੀ ਕਰੋੜ ਨੌਕਰੀਆਂ ਦੇਣ ਵਾਲਾ ਕਿੱਥੇ ਗਿਆ।